ਦੇਖਭਾਲ ਕਾਫੀ ਕਰ ਲਈ ਹੈ ਅਸੀਂ ਇਹਨਾਂ ਨੂੰ ਸਟੇਟ ਕਰਾਂਗੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਦੇਖੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰਨਾ ਨਾ ਭੁੱਲੋ ਲਓ ਜੀ ਵੀਡੀਓ ਸਟਾਰਟ ਕਰਨ ਲੱਗੇ ਹਾਂ ਅਸੀਂ 2 ਵਾਰੀ ਸ਼ੈਂਪੂ ਕਰਨਾ ਕਰਕੇ ਉਸ ਤੋਂ ਬਾਅਦ ਇਹ ਕਰੀਮ ਅਪਲਾਈ ਕਰਨੀ ਹੈ ਜਿੰਨੀ ਸਾਨੂੰ ਲੋੜ ਹੋਏਗੀ ਅਸੀਂ ਉਨੀ ਕਰੀਮ ਮਿਲੀ ਹੈ ਬਾਅਦ ਫਿਰ ਲੋੜ ਪਏਗੀ ਤਾਂ ਅਸੀਂ ਫਿਰ ਲਾ ਲਾਂਗੇ ਵਿੱਚ ਮਿਲ ਲਾਂਗੇ ਲਓ ਜੀ ਅਸੀਂ ਚੰਗੀ ਤਰ੍ਹਾਂ ਲੈਣੀ ਹੈ ਲਓ ਜੀ ਇਸ ਤਰੀਕੇ ਨਾਲ ਅਪਲਾਈ ਕਰਨੀ ਆਪਾਂ ਸਟਾਰਟਿੰਗ ਕਰ ਦੇਣੀ ਹੈ ਬੈਕ ਤੋਂ ਸਟਾਰਟਿੰਗ ਕਰਨੀ ਹੈ ਅਤੇ ਫਰੰਟ ਤੱਕ ਲੈ ਜਾਣੀ ਹੈ ਚਾਲੀ ਮਿੰਟ ਬਾਅਦ ਮਿਲਦੇ ਹਾਂ ਜੀ ਅਸੀਂ ਫਸਟ ਕਰੀਮ ਵਾਸ਼ ਕਰਤੀ ਆ ਅਤੇ ਹੁਣ ਅਸੀਂ ਟ੍ਰਾਇਲ ਲਗਾ ਰਹੇ ਹਾਂ ਅਗਲੀ ਨੈਕਸਟ ਕਰੀਮ ਅਸੀਂ ਲਗਾਵਾਂਗੇ ਅਤੇ ਉਹ 'ਚ ਪ੍ਰੋਪਰ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਨਾਲ ਉਹ ਪੂਰੇ ਸਟੇਜ ਕਰਨੇ ਆਪਾਂ ਬਾਅਦ ਲਓ ਜੀ ਸਟਾਰਟ ਕਰ ਲਾਂਗੇ ਪ੍ਰੈਸਿੰਗ ਕਰ ਲੱਗੇ ਹਾਂ ਲਓ ਜੀ ਸਟੇਟਿੰਗ ਸੈਕਿੰਡ ਕਰੀਮ ਇਹਨੂੰ ਕਹਿੰਦੇ ਨਿਊਟਰਲਾਈਜ਼ਰ ਲਓ ਜੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸਿੰਗ ਕਰਕੇ ਫੇਅਰ ਵਾਲਾਂ ਨੂੰ ਅਪਲਾਈ ਕਰਨਾ ਅਸੀਂ ਪ੍ਰੈਸਿੰਗ ਕੀਤੀ ਤੀ ਵਾਲਾਂ ਨੂੰ ਅਸੀਂ ਇਹ 'ਤੇ ਕਲਿੱਪ ਨਹੀਂ ਲਗਾਉਣਾ ਕੋਈ ਵੀ ਕਲਿੱਪ ਲਗਾਵਾਂਗੇ ਤਾਂ ਫਿਰ ਭੰਨ ਭੁੰਨ ਪੈ ਸਕਦੀ ਹੈ ਕਰਨ ਪੈ ਸਕਦੇ ਉਹਦੇ ਨਾਲ ਇਸ ਕਰਕੇ ਅਸੀਂ ਇਸ ਤਰੀਕੇ ਨਾਲ ਜਿੰਨੇ ਕੁ ਸਾਨੂੰ ਵਾਲ ਚਾਹੀਦੇ ਆ ਸਟੈਪ ਬਾਏ ਸਟੈਪ ਆਪਾਂ ਬੈਕ ਤੋਂ ਸਟਾਰਟਿੰਗ ਕੀਤੀ ਆ ਲੈਣੀ ਪੂਰੀ ਤਰ੍ਹਾਂ ਕਰੀਮ ਲੱਗ ਜਾਏਗੀ ਉਸ ਤੋਂ ਬਾਅਦ ਆਪਾਂ ਹੱਥ ਨਾਲ ਫੜ ਕੇ ਵਾਲਾਂ ਨੂੰ ਅਪਲਾਈ ਕਰਾਂਗੇ ਅੱਧੇ ਘੰਟੇ ਦਾ ਬ੍ਰੇਕ ਪਾਉਂਦੇ ਹਾਂ ਉਸ ਤੋਂ ਬਾਅਦ ਤੁਹਾਨੂੰ ਪ੍ਰੋਪਰ ਦਿਖਾਉਂਦੇ ਹਾਂ ਅੱਧੇ ਘੰਟੇ ਬਾਅਦ ਦੇਖਦੇ ਹਾਂ ਸਟੇਟ ਹੋ ਚੁੱਕੇ ਵਾਲ ਕੋਈ ਵੀ ਸਟਾਈਲ ਜਿੱਧਰ ਮਰਜ਼ੀ ਵਾਲ ਦੇਣ ਤੁਸੀਂ ਦੇਖੇ ਹੋਣਗੇ ਸਟਾਰਟਿੰਗ ਜਿਹਦੇ ਵਾਲ ਕਿੱਦਾਂ ਦੇ ਕਰ ਲਈ ਇਹਨਾਂ ਦੇ ਹੁਣ ਦੇਖੋ ਕਿਹੜੇ ਲੰਬਾਈ ਹੁੰਦੇ ਤੇ ਵਾਲ ਆ ਅਤੇ ਅਸੀਂ ਕਹਿੰਦੇ 2-3 ਸਾਲ ਵਾਸਤੇ ਵਾਲ ਇੱਦਾਂ ਰਹਿਣ ਪਰ ਨਹੀਂ ਟਾਈਮਿੰਗ ਉਸ ਹਿਸਾਬ ਦੀ ਹੈ ਕਿ 4 ਮਹੀਨੇ ਨਿਕਲਦੇ ਆ 4 ਮਹੀਨੇ ਬਾਅਦ ਫਿਰ ਰਿਪੇਅਰ ਕਰਾਉਣੀ ਪੈਂਦੀ ਹੈ ਨਹੀਂ ਇਹਨਾਂ ਦੇ ਕਿਤੇ 6 ਮਹੀਨੇ ਕੱਢ ਜਾਂਦੇ ਚਲੋ ਇੰਨਾ ਕੱਢ ਹੁੰਦੀ ਆ